ਪਿਛਲੇ ਦਿਨੀ ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੂਰਮਹਿਲ ਦਾ ਛਿੰਜ ਮੇਲਾ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਹ ਛਿੰਜ ਮੇਲਾ ਨੂਰਮਹਿਲ ਛਿੰਜ ਕਮੇਟੀ ਵੱਲੋਂ ਪਿਛਲੇ 108 ਸਾਲਾਂ ਤੋਂ ਬਹੁਤ ਹੀ ਪਿਆਰ ਸਤਿਕਾਰ ਤੇ ਉਤਸ਼ਾਹ ਨਾਲ ਕਰਵਾਇਆ ਜਾਂਦਾ ਹੈ। 2 ਰੋਜ਼ਾ ਚੱਲੇ ਇਸ ਛਿੰਜ ਮੇਲੇ ਦੇ ਪਹਿਲੇ ਦਿਨ ਪ੍ਰਬੰਧਕ ਕਮੇਟੀ ਵੱਲੋਂ ਘੋੜੀਆਂ ਦੀ ਰੇਵੀਆ ਚਾਲ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਆਏ 35 ਘੋੜਿਆਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਹੋਏ ਮੁਕਾਬਲਿਆਂ ਵਿੱਚ ਦਲਜੀਤ ਸਿੰਘ ਭਸੌੜ ਦੇ ਘੋੜੇ ਸਭ ਤੋਂ ਘੱਟ ਸਮਾਂ ਦਰਜ ਕਰਵਾਉਂਦਿਆਂ ਜਿੱਤ ਹਾਸਲ ਕੀਤੀ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ 11 ਪਹਿਲੇ ਸਥਾਨਾਂ ਤੇ ਆਉਣ ਵਾਲਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਵਿਸ਼ੇਸ਼ ਤੌਰ ਤੇ ਸਮੂਹ ਹਿੱਸਾ ਲੈਣ ਵਾਲਿਆਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦੂਸਰੇ ਦਿਨ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ, ਜਿਨ੍ਹਾਂ ਵਿੱਚ ਪੰਜਾਬ ਦੇ ਨਾਲ ਨਾਲ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ ਤੇ ਦਿੱਲੀ ਤੋਂ ਆਏ ਸੈਂਕੜਿਆਂ ਹੀ ਪਹਿਲਵਾਨਾਂ ਨੇ ਆਪਣੀ ਕੁਸ਼ਤੀਆਂ ਦੇ ਯੌਰ ਵਿਖਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਤੇ ਪਟਕਿਆਂ ਦੀ ਕੁਸ਼ਤੀਆਂ ਦੀ ਸ਼ੁਰੂਆਤ 3 ਨੰਬਰ ਦੀ ਪਟਕੇ ਦੀ ਕੁਸ਼ਤੀ, ਜੋ ਕਿ ਮੰਗਾ ਸਿੰਘ ਬੈਂਸ ਅਤੇ ਸਰਜੀਤ ਰਾਮ ਬੈਂਸ ਵਾਸੀ ਨੂਰਮਹਿਲ ਵੱਲੋਂ ਸਪਾਂਸਰ ਕੀਤੀ ਗਈ ਸੀ, ਪ੍ਰਦੀਪ ਜੀਰਕਪੁਰ ਅਤੇ ਜੋਨੀ ਪਟਿਆਲਾ ਵਿਚਕਾਰ ਹੋਈ। ਦੋਵਾਂ ਹੀ ਨਾਮੀ ਪਹਿਲਵਾਨਾਂ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। We'll be right back.
ਅਖੀਰ ਵਿੱਚ ਪ੍ਰਦੀਪ ਜੀਰਕਪੁਰ ਨੇ ਪੁਆਇੰਟਾਂ ਦੇ ਆਧਾਰ ਤੇ ਇਸ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। 2 ਨੰਬਰ ਦੀ ਪਟਕੇ ਦੀ ਕੁਸ਼ਤੀ ਜੋ ਕਿ ਨੂਰਮਹਿਲ ਛਿੰਜ ਕਮੇਟੀ ਵੱਲੋਂ ਸਪਾਂਸਰ ਕੀਤੀ ਗਈ ਸੀ, ਜਿਸ ਵਿੱਚ ਪ੍ਰਸਿੱਧ ਪਹਿਲਵਾਨ ਨਵਨੀਤ ਪਟਿਆਲਾ ਅਤੇ ਕ੍ਰਿਸ਼ਨ ਖੰਨਾ ਨੇ ਭਾਗ ਲਿਆ। ਪੁਆਇੰਟਾਂ ਤੇ ਆਧਾਰਿਤ ਹੋਏ ਇਸ ਮੁਕਾਬਲੇ ਵਿੱਚ ਦੋਵਾਂ ਹੀ ਪਹਿਲਵਾਨਾਂ ਨੇ ਆਪਣੀ ਮਹਾਰਤ ਦਾ ਭਰਪੂਰ ਪ੍ਰਦਰਸ਼ਨ ਕੀਤਾ। ਅਖੀਰ ਵਿੱਚ ਦਾਓ ਪੇਚਾਂ ਦੇ ਸਹਾਰੇ ਨਵਨੀਤ ਪਟਿਆਲਾ ਨੇ ਕ੍ਰਿਸ਼ਨ ਖੰਨਾ ਨੂੰ ਮਾਤ ਦੇ ਕੇ ਇਸ ਵਾਰ ਦਾ ਇਨਾਮ ਆਪਣੇ ਨਾਂ ਕੀਤਾ। ਅਖੀਰ ਵਿੱਚ ਵਾਰੀ ਆਈ ਪਟਕੇ ਦੀ ਕੁਸ਼ਤੀ ਦੀ। ਇਹ ਪਟਕੇ ਦੀ ਕੁਸ਼ਤੀ ਅਵਿਨਾਸ਼ ਚੰਦਰ ਸੇਖੜੀ ਵਾਸੀ ਨੂਰਮਹਿਲ ਵੱਲੋਂ ਸਪਾਂਸਰ ਕੀਤੀ ਗਈ ਸੀ। ਇਸ ਹੋਈ ਪਟਕੇ ਦੀ ਕੁਸ਼ਤੀ ਵਿੱਚ ਲੱਡੂ ਡੂਮ ਛੇੜੀ ਦਾ ਮੁਕਾਬਲਾ ਜੋਗਿੰਦਰ ਦਿੱਲੀ ਨਾਲ ਹੋਇਆ। ਪਤਵੰਤੇ ਸੱਜਣਾ ਨੇ ਇਸ ਕੁਸ਼ਤੀ ਦੀ ਸ਼ੁਰੂਆਤ ਕਰਵਾਈ, ਜਿਸ ਵਿੱਚ ਹਲਕਾ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਸ ਕੁਸ਼ਤੀ ਦੀ ਸ਼ੁਰੂਆਤ ਕਰਵਾਈ। Thank you.
इस मुकाबले नूं वेखण लई दर्शकां ने देर शाम तक मैदान विच डटे रहे अते अखीर विच 40 मिंट दे इस होए फासमे अते जुझारू मुकाबले विच जोगिंदर दिल्ली ने जित दर्ज कीती। समूह मुकाबलियां दे दौरान प्रसिद्ध कमेंटेटर अरविंदर कोशर ने अपने बोलां राहीं दर्शकां दा भरपूर मनोरंजन कीता। अखीर विच प्रबंधक कमेटी ने साडी टीम नाल गलबात करदिआं होइआं जिथे सारे आयोजन दा वेरवा रख्या उत्थे पहुंचे होए दर्शकां दे नाल नाल समूह सहयोगी सज्जणां दा वी धन्नवाद कीता। धन्नवादियां इलाके दीआं संगतां दे जिन्हां ने सानूं तनमन धन्ना इस छिंज मेले लई बहुत सहयोग दित्ता। असीं दर्शक वीरां दा बहुत धन्नवाद करदे हां जिहड़े कि इन्ना मौसम खराब होने के बावजूद भी हुम हुम आके आए तो इस मेले नूं संपूर्ण किया। असी छिंज कमेटी वालों वादा करते हैं इलाके दीआं संगतां दे सहयोग नाल यह मेला दिन दुगनी रात चौगनी तरक्की करेगा। सारे इलाके वासियां दा धन्नवाद करदा हाँ जी जिन्होंने बढ़ चढ़ के साडी छिंज कमेटी नूं दान दिता ते नाल टाइम दिता साडी छिंज दा रौनक वधाई। मैं सारे इलाकां वासियां नूं वधाई दिंदा छिंज दी ते लख दादे दा शुक्रिया करदा हां कि साडे मेले दी रौनक नूं बहुत रब ने वधाया जी। नूरमहल छिंज कमेटी हर साल की तरह जिन्होंने बड़ी हुम हुम आ के इस साल भी छिंज मेला कराया शहर निवासियों का तो पिंड सानूं सहयोग मिले शहरों सहयोग मिले उन्होंने अभी बहुत बहुत ही छिंज कमेटी शुक्रिया अदा करते। इस मौके पर विशेष तौर पर आई हुई शख्सियतों को सम्मानित भी किया गया। समूह आयोजन के दौरान चेयरमैन सुभाष सेखड़ी सुरेंद्र कुमार शर्मा सीनियर मीत प्रधान जगत मोहन शर्मा मक्खण सिंह उपल अशोक काकड़िया प्रवेश भारद्वाज बलदीश सिंह पटवारी तीर्थराम संधु दलबीर सिंह संधु करनैल सिंह संधु मदन लाल पठेजा का भरवा योगदान रहा। इस मौके पर महावीर सरवटा चरण सिंह धारीवाल राम लाल सेखड़ी ललित कुमार सेखड़ी हमीश हैपी बरिंदर सेखड़ी जसविंदर सिंह बीटा ने भी इन्होंने हुए मुकाबलों में अपना भरवा योगदान पाया। बाकी इस चजे प्रबंधा नाल करवाया गया नूरमहल का यह छिंज मेला अज भी पंजाब के सिरमौर खेड मेलों में जाणिया जाता है अते पंजाब दे प्रसिद्ध कुश्ती मुकाबलों में यह अपना विलखण पहचान रखता है जिस लई समूह प्रबंधक कमेटी बधाई की पात्र है।